ਸ਼੍ਰੀਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਮੇਰੇ ਨਾਲ ਅੱਜ ਦੇ ਸ਼ੋਅ ਦੇ ਵਿੱਚ ਜਿਹੜੇ ਐਕਸਪਰਟ ਮੌਜੂਦ ਨੇ ਉਹ ਨੇ ਜੀ ਗਲੋਬਲ ਓਪਰਚੁਨਿਟੀਜ਼ ਤੋਂ ਆਸਿਫ ਅਤੇ ਉਹਨਾਂ ਦੇ ਮੈਮ ਰੀਚਾ ਵਰਮਾ ਜੀ। ਪਹਿਲਾਂ ਸਵਾਗਤ ਕਰਦੀ ਉਹਨਾਂ ਦਾ। ਆਸਿਫ ਜੀ, ਰੀਚਾ ਵਰਮਾ ਜੀ, ਬਹੁਤ ਸਵਾਗਤ। ਸੋ ਗਲੋਬਲ ਓਪਰਚੁਨਿਟੀਜ਼ ਤੋਂ ਹਰ ਵਾਰੀ ਸਾਡੇ ਨਾਲ ਰੋਜ਼ ਜਿਹੜੀ ਕੋਸ਼ਿਸ਼ ਹੀ ਰਹਿੰਦੀ ਵੀ ਨਵੇਂ ਐਕਸਪਰਟ ਨੂੰ ਲੈ ਕੇ ਆਈਏ, ਅਤੇ ਹਰ ਵਾਰੀ ਜਦੋਂ ਗਲੋਬਲ ਓਪਰਚੁਨਿਟੀ ਤੋਂ ਗੈਸਟ ਜੁੜਦੇ ਆ ਤਾਂ ਕੋਸ਼ਿਸ਼ ਰਹਿੰਦੀ ਹੈ ਅਲੱਗ ਅਲੱਗ ਕੰਟਰੀਜ਼ ਬਾਰੇ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਹੈ ਉਹ ਤੁਹਾਡੇ ਤੱਕ ਸ਼ੇਅਰ ਕਰੀਏ। ਉਹਨਾਂ ਦੁਆਰਾ ਕੀਤੀਆਂ ਜਿਹੜੀਆਂ ਸਰਵਿਸਿਜ ਨੇ, ਜਿਹੜੇ ਉਹ ਸਟੂਡੈਂਟ ਨੂੰ ਸਰਵਿਸਿਜ਼ ਦੇ ਰਹੀਆਂ, ਜਿੱਦਾਂ ਦੇ ਉਹਨਾਂ ਦਾ ਐਕਸਪਰਟਾਈਜ਼ ਹੈ, ਉਹ ਤੁਹਾਡੇ ਅੱਗੇ ਸ਼ੇਅਰ ਕਰਕੇ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਦਈਏ। ਅੱਜ ਜਿਹੜਾ ਅਸੀਂ ਟੋਪਿਕ ਰੱਖਾਂਗੇ ਡਿਸਕਸ ਦੇ ਲਈ ਉਹ ਰਹੇਗਾ ਕੈਨੇਡਾ। ਕੈਨੇਡਾ ਨੂੰ ਲੈ ਕੇ ਕੋਈ ਵੀ ਮਨ ਦੇ ਵਿੱਚ ਸਵਾਲ ਹੈ, ਡਾਇਰੈਕਟ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਵੀ ਆਪਣੀ ਜਾਣਕਾਰੀ ਸਾਂਝੀ ਕਰ ਸਕਦੇ ਹੋ। ਅਸੀਂ ਪਹਿਲੇ ਤੁਹਾਡੇ ਤੋਂ ਸਵਾਲ ਰਹੇਗਾ, ਕੈਨੇਡਾ ਜਿਸ ਤਰ੍ਹਾਂ ਹੁਣ ਪ੍ਰਮੋਟ ਹੋ ਰਿਹਾ ਮਾਰਕੀਟ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਕਰਕੇ, 5 ਬੈਂਡ, 5.5 ਬੈਂਡ, ਵਿਦਾਊਟ ਆਇਲਸ, ਬੜਾ ਕੁਛ ਨਵਾਂ ਦੇਖਣ ਨੂੰ ਮਿਲਦਾ, ਸਪਾਊਸ ਵੀਜ਼ਾ, ਕਿਵੇਂ ਦੇਖ ਰਹੇ ਹੋ ਇਸ ਚੀਜ਼ ਨੂੰ? ਐਕਚੁਲੀ ਸਰ, ਮੈਂ ਇੱਕ ਬਾਤ ਕਹਿਣਾ ਚਾਹੂੰਗਾ। ਇਹ ਐਕਚੁਲੀ ਹਰ ਇੱਕ ਵੀਜ਼ਾ ਦਾ ਇੱਕ ਪ੍ਰੋਸੈਸ ਹੁੰਦਾ ਹੈ, ਹੈ ਨਾ, ਇੱਕ ਪ੍ਰੋਸੈਸ ਹੁੰਦਾ ਹੈ, ਇੱਕ ਕ੍ਰਾਈਟੀਰੀਆ ਹੁੰਦਾ ਹੈ। ਅਗਰ ਹਮ ਸਟੱਡੀ ਵੀਜ਼ਾ ਕੀ ਬਾਤ ਕਰੇ, ਇੱਕ ਪ੍ਰੋਪਰ ਕ੍ਰਾਈਟੀਰੀਆ ਲੇਡ ਆਊਟ ਹੈ ਇਸਕੇ ਲਈ, ਠੀਕ ਹੈ। ਤੋ 5.5 ਬੈਂਡਸ ਔਰ 6 ਬੈਂਡਸ, ਇਹ ਇੱਕ ਲੈਂਗੁਏਜ ਯੂ ਨੋ ਪ੍ਰੋਫੀਸ਼ੀਐਂਸੀ ਹੈ। ਅਗਰ ਮੈਂ ਇੱਕ ਵੀਜ਼ਾ ਸਕਸੈਸ ਕੀ ਬਾਤ ਕਰੂੰ, ਵੀਜ਼ਾ ਸਕਸੈਸ ਕੇ ਲਈ ਬਹੁਤ ਸਾਰੇ ਪੈਰਾਮੀਟਰਸ ਹੁੰਦੇ ਹੈ, ਯੂ ਨੋ, ਅਕੈਡਮਿਕਸ ਹੋ ਗਿਆ, ਆਪਕਾ ਲੈਂਗੁਏਜ ਪ੍ਰੋਫੀਸ਼ੀਐਂਸੀ ਹੋ ਗਿਆ, ਜਾਂ ਫੈਮਿਲੀ ਬੈਕਅਪ ਹੋ ਗਿਆ, ਜਾਂ ਆਪਕਾ ਪ੍ਰੋਗਰੈਸ਼ਨ ਹੈ। ਤੋ ਬਹੁਤ ਸਾਰੇ ਪੈਰਾਮੀਟਰਸ ਮੇ ਸੇ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਇੱਕ ਪੈਰਾਮੀਟਰ ਹੈ। ਤੋ ਖਾਲੀ ਹਮ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਜਾਂ ਇੰਗਲਿਸ਼ ਲੈਂਗੁਏਜ ਪੈਰਾਮੀਟਰ ਕੇ ਬੇਸ ਪੇ ਹਮ ਯੇ ਨਹੀਂ ਕਹਿ ਸਕਦੇ ਆਪਕਾ ਵੀਜ਼ਾ ਆ ਜਾਏਗਾ, ਠੀਕ ਹੈ। ਤੋ ਲੈਂਗੁਏਜ ਪ੍ਰੋਫੀਸ਼ੀਐਂਸੀ ਕੇ ਸਾਥ ਸਾਥ ਹਮਾਰਾ ਬਾਕੀ ਪੈਰਾਮੀਟਰਸ ਵੀ ਹਮਨੇ ਮੀਟ ਕਰਨਾ ਹੈ। ਤੋ ਮੈਂ ਯਹੀ ਕਹੂੰਗਾ ਕਿ ਹਰ ਇੱਕ ਵੀਜ਼ਾ ਕਾ ਇੱਕ ਪ੍ਰੋਸੈਸ ਹੈ, ਤੋ ਹਮਨੇ ਇਸ ਪ੍ਰੋਸੈਸ ਕੋ ਮੈਂਡੇਟਰੀਲੀ ਯੂ ਨੋ ਫਾਲੋ ਕਰਨਾ ਔਰ ਇਸ ਪ੍ਰੋਸੈਸ ਕੇ ਸਾਥ ਹੀ ਹਮਨੇ ਜਾਣਾ ਹੈ। ਨਹੀਂ, ਜੈਸੇ ਇਹ ਪ੍ਰਮੋਟ ਹੋ ਰਿਹਾ ਹੈ, ਜਿਵੇਂ ਆਪਾਂ ਗੱਲ ਕਰੀਏ ਕਿ 5.5 ਬੈਂਡ, 5 ਬੈਂਡ, ਬਾਕੀ ਇਹਦੇ ਵਿੱਚ ਸਕਸੈਸ ਹੈ, ਪੋਸੀਬਿਲਿਟੀਜ਼ ਨੇ? ਮੈਂ ਵਹੀ ਕਹਿ ਰਹਾ ਹੂੰ, 5.5 ਬੈਂਡ ਕਾ ਵੀ ਵੀਜ਼ਾ ਆਤਾ ਹੈ, ਅਗਰ ਇਹ ਬਾਕੀ ਪੈਰਾਮੀਟਰਸ ਮੀਟ ਕਰ ਰਹਾ ਹੈ। ਸਿਰਫ ਲੈਂਗੁਏਜ ਐਬਿਲਿਟੀ ਜਿਹੜੀ ਹੈ ਉਹ ਪੂਰੀ ਕਰਨਾ ਵੀਜ਼ਾ ਨਹੀਂ ਮਿਲਦਾ, ਇਹ ਵੀਜ਼ਾ ਨਹੀਂ ਮਿਲਦਾ ਹੈ। ਦੋ ਕੈਟੇਗਰੀਜ਼ ਨੇ ਰਿਚਾ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਇੱਕ SPP, non-SPP, ਜਾਂ ਤੀਜੀ ਗੱਲ ਕਰੀਏ ਯੂਨੀਵਰਸਿਟੀ ਕੈਟੇਗਰੀ ਆ ਜਾਂਦੀ ਹੈ, ਜਿਹੜੀ ਬਾਕੀਆਂ ਨਾਲੋਂ ਅਲੱਗ ਹੈ। ਐਕਚੁਅਲ ਦੇ ਵਿੱਚ ਸਟੂਡੈਂਟ ਨੂੰ ਸਿਰਫ SPP ਜ਼ਿਆਦਾ ਪਤਾ ਲੱਗੀ ਕਿਉਂਕਿ ਉਹ ਪ੍ਰਮੋਟ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਹੋਈ, ਬਾਕੀ ਕੈਟੇਗਰੀਜ਼ ਨੂੰ ਡਿਫਰੈਂਸ਼ੀਏਟ ਕਿਵੇਂ ਦੇਖਦੇ ਹੋ SPP ਨਾਲ? ਦੇਖੋ, ਯੂਨੀਵਰਸਿਟੀ ਦੇ ਵਿੱਚ ਇਹ ਹੈ ਕਿ ਯੂਨੀਵਰਸਿਟੀਜ਼ ਦੀਆਂ ਰਿਕੁਆਇਰਮੈਂਟ ਜਿਹੜੀਆਂ ਨੇ ਕਾਲਜ ਨਾਲੋਂ ਹਾਈ ਰਿਕੁਆਇਰਮੈਂਟਸ ਨੇ। ਅਗਰ ਆਪਾਂ ਬੈਂਡ ਦੀ ਗੱਲ ਕਰੀਏ, ਪਰਸੈਂਟੇਜ ਦੀ ਗੱਲ ਕਰੀਏ, ਅਗਰ ਸਾਰੀਆਂ ਚੀਜ਼ਾਂ 10-12 ਪਰਸੈਂਟੇਜ ਆਪਾਂ ਦੇਖੀਏ ਤਾਂ SPP ਨਾਲੋਂ ਜ਼ਿਆਦਾ ਰਿਕੁਆਇਰਮੈਂਟਸ ਹਾਈ ਆ ਜਾਂਦੀਆਂ ਨੇ। ਫੀਸ ਦਾ ਡਿਫਰੈਂਸ ਆ ਜਾਂਦਾ ਹੈ, ਯੂਨੀਵਰਸਿਟੀ ਦੀ ਫੀਸ ਜ਼ਿਆਦਾ ਹੁੰਦੀ ਹੈ, ਕਾਲਜ ਦੀ ਫੀਸ ਘੱਟ ਹੈ, ਮੇਨ ਰਿਕੁਆਇਰਮੈਂਟ ਔਰ ਫੰਡਿੰਗ ਦਾ ਡਿਫਰੈਂਸ ਆ ਜਾਂਦਾ ਹੈ। ਔਰ ਜਨਰਲ ਕੈਟੇਗਰੀ ਦੇ ਵਿੱਚ ਇਹ ਹੈ ਕਿ ਕਈ ਵਾਰ ਸਟੂਡੈਂਟ ਦੀ ਜਿਹੜੀ ਪ੍ਰੋਫਾਈਲ ਜਿਹੜੀ ਹੈ ਉਹ ਅਗਰ ਥੋੜ੍ਹੀ ਜਿਹੀ ਵੀਕ ਹੈਗੀ ਹੈ ਤਾਂ ਅਸੀਂ ਪ੍ਰੈਫਰ ਨਹੀਂ ਕਰਦੇ ਉਹਨੂੰ SPP ਦੇ ਵਿੱਚ ਫਾਈਲ ਲਗਾਈਏ, ਕਿਉਂਕਿ SPP ਦਾ ਉਹਨਾਂ ਨੇ ਕ੍ਰਾਈਟੀਰੀਆ ਜਿਹੜਾ ਬਣਾਇਆ ਕਿ ਉਹ ਫੁਲਫਿਲ ਅਗਰ ਨਹੀਂ ਕਰ ਰਹੇ ਉਹ 'ਚ ਫਾਈਲ ਲਗਾਉਣ ਦਾ ਕੋਈ ਫਾਇਦਾ ਨਹੀਂ ਹੈ, ਕਿਉਂਕਿ ਉਹਦੇ ਵਿੱਚ ਵੀਜ਼ਾ ਨਹੀਂ ਆਏਗਾ। ਅਗਰ ਉਹ ਕ੍ਰਾਈਟੀਰੀਆ ਮੀਟ ਕਰ ਰਹੇ ਆ, ਸਟੂਡੈਂਟ ਦੀ ਘੱਟ ਪ੍ਰੋਫਾਈਲ ਹੈ ਜਾਂ ਕੁਛ, ਆਪਾਂ ਜਨਰਲ 'ਚ ਲਗਾਈ ਤਾਂ ਜਨਰਲ ਦੇ ਵਿੱਚ ਵੀਜ਼ਾ ਆਉਂਦੇ ਆ। ਤਾਂ ਬੈਟਰ ਹੈ ਕਿ ਆਪਾਂ ਪਹਿਲਾਂ ਇੱਕ ਕੈਟਾਗਰੀ ਡਿਸਾਈਡ ਕਰੀਏ ਕਿ ਸਟੂਡੈਂਟ ਦੀ ਪ੍ਰੋਫਾਈਲ ਦੇ ਅਕੋਰਡਿੰਗਲੀ ਕਿ ਕਿਹੜੀ ਕੈਟਾਗਰੀ ਦੇ ਵਿੱਚ ਇਹਨਾਂ ਦੇ ਵੀਜ਼ਾ ਦੇ ਚਾਂਸਿਸ ਜਿਹੜੇ ਹੈਗੇ, SPP ਹੈ ਜਾਂ ਫਿਰ ਉਹ ਜਨਰਲ ਹੈ। ਯੂਨੀਵਰਸਿਟੀ ਦੇ ਵਿੱਚ ਮੇਨਲੀ ਸਟੂਡੈਂਟਸ ਨੂੰ ਮਾਸਟਰ ਡਿਗਰੀ ਹੋ ਗਈ, ਦੈਨ ਬੈਚਲਰ ਡਿਗਰੀਜ਼ ਹੋ ਗਈਆਂ, ਉਹ ਪ੍ਰੋਗਰਾਮਸ ਹੀ ਮਿਲਦੇ ਨੇ। ਡਿਪਲੋਮਾ ਪ੍ਰੋਗਰਾਮ ਜਿਹੜੇ ਹੈ ਉਹ ਯੂਨੀਵਰਸਿਟੀ ਦੇ ਵਿੱਚ ਅਵੇਲੇਬਲ ਨਹੀਂ ਹੈਗੇ। ਜਿਹੜਾ ਮੇਨ SPP ਜਾਂ non-SPP, ਤੁਸੀਂ ਕਹਿੰਦੇ ਜਿਵੇਂ ਹੁਣ ਮਾੜੀ ਪ੍ਰੋਫਾਈਲ ਹੈ ਜਾਂ ਵੀਕ ਪ੍ਰੋਫਾਈਲ ਹੈ ਜਿਹਨੂੰ ਕਹੀਏ, ਉਹਨੂੰ ਅਸੀਂ ਨਹੀਂ ਪ੍ਰੈਫਰ ਕਰਦੇ ਵੀ ਇਹਨੂੰ SPP ਦੇ ਵਿੱਚ ਲਾਇਆ ਜਾਵੇ। ਐਕਚੁਅਲ ਸਕਸੈਸ ਰੇਟ ਦੇ ਵਿੱਚ ਕਿੰਨਾ ਕੁ ਫਰਕ ਹੈ ਇੱਕ SPP ਦਾ ਇੱਕ non-SPP ਦਾ? ਦੇਖੋ, ਡਿਫਰੈਂਸ ਹੈ। ਅਗਰ ਆਪਾਂ ਸਟੂਡੈਂਟ ਦੀ ਕਈ ਵਾਰ ਪ੍ਰੋਫਾਈਲ ਸਾਡੇ ਕੋਲ ਜਿਵੇਂ ਆਉਂਦੀ ਹੈ, ਮੈਥ 12-33 ਮੈਥ ਦੇ ਵਿੱਚੋਂ ਹੈ ਜਾਂ ਕੁਛ ਹੈ, ਔਰ ਬੈਕਲੋਗਸ ਬਹੁਤ ਸਾਰੀਆਂ ਸੀਗੀਆਂ ਸਟੂਡੈਂਟ ਦੀਆਂ ਜਾਂ ਕੁਛ, ਹੈ ਨਾ, ਤਾਂ ਉਹਦੇ 'ਚ ਅਗਰ ਆਪਾਂ SPP ਕੈਟੇਗਰੀ ਉਹ ਫਾਈਲ ਲਗਾ ਰਹੇ ਹਾਂ, ਦੈਟ ਮੀਨਸ ਪਹਿਲਾਂ ਹੀ ਵੀਜ਼ਾ ਆਫਿਸਰ ਨੇ ਇੱਕ ਲਿਮਿਟ ਉਹ ਮੇਰੇ ਅਕੋਰਡਿੰਗਲੀ ਉਹਨਾਂ ਨੇ ਕੀਤੀ ਹੋਈ ਹੈ ਕਿ ਅਸੀਂ ਇਸ ਕੈਟਾਗਰੀ ਦੇ ਵਿੱਚ ਇੰਨੇ ਵੀਜ਼ਾਜ਼ ਇਸ਼ੂ ਕਰਨੇ ਆ, ਇਸ 'ਚ ਇੰਨੇ ਵੀਜ਼ਾਜ਼ ਇਸ਼ੂ ਕਰਨੇ ਆ। ਤਾਂ ਅਗਰ ਉਹ ਪ੍ਰੋਫਾਈਲ SPP ਵਾਲੀ ਨਹੀਂ ਹੈਗੀ ਆਪਾਂ ਲਗਾਈਏ, ਤਾਂ ਕਲੀਅਰ ਕੱਟ ਹੀ ਹੈ ਕਿ ਵੀਜ਼ਾ ਆਫਿਸਰ ਉਹਨੂੰ ਜਿਹੜਾ ਹੈ ਰਿਜੈਕਟ ਕਰ ਸਕਦਾ। ਬਟ ਉਹੀ ਪ੍ਰੋਫਾਈਲ ਅਗਰ ਆਪਾਂ ਜਨਰਲ 'ਚ ਉਹਨਾਂ ਨੇ ਕੈਟੇਗਰੀ ਬਣਾਈ ਹੈ ਜਿਹੜੇ ਵੀਕ ਸਟੂਡੈਂਟ ਹੈ ਜਿਹੜਾ ਉਹਨਾਂ ਵਾਸਤੇ ਕੈਟੇਗਰੀ ਹੈ, ਤਾਂ ਬੈਟਰ ਆਪਾਂ ਜਨਰਲ ਦੇ ਵਿੱਚ ਹੀ ਜਿਹੜਾ ਹੈ। ਇਹਦੇ ਵਿੱਚ ਕੀ ਇੰਸਟੀਟਿਊਸ਼ਨਸ ਦਾ ਫਰਕ ਹੈ, ਰੂਲ ਐਂਡ ਰੈਗੂਲੇਸ਼ਨਸ ਦਾ ਫਰਕ ਹੈ, ਜਨਰਲ ਦੇ ਵਿੱਚ ਕੀ ਡਿਫਰੈਂਸ? ਰੂਲ ਐਂਡ ਰੈਗੂਲੇਸ਼ਨ ਦਾ ਮੇਨਲੀ ਜਿਹੜਾ ਹੈ ਉਹ ਡਿਫਰੈਂਸ ਹੈ। ਇੰਸਟੀਟਿਊਸ਼ਨ ਦਾ ਵੀ ਡਿਫਰੈਂਸ ਹੈ, ਕੁਝ ਪ੍ਰਾਈਵੇਟ ਕਾਲਜਸ ਨੇ ਜਿਹੜੇ ਤੁਸੀਂ ਜਨਰਲ 'ਚ ਲਗਾ ਸਕਦੇ ਹੋ, ਬਟ ਜਿਹੜੇ SPP ਕਾਲਜਸ ਵੀ ਨੇ ਉਹਨਾਂ ਨੂੰ ਵੀ ਆਪਾਂ ਜਨਰਲ ਦੇ ਵਿੱਚ ਅਪਲਾਈ ਕਰ ਸਕਦੇ ਹਾਂ। ਇਹ ਜ਼ਰੂਰੀ ਨਹੀਂ ਹੈ ਕਿ ਆਪਾਂ ਕਾਲਜ SPP ਜਾ ਰਹੇ ਹੋ ਫਾਈਲ ਆਪਣੀ ਜਨਰਲ ਨਹੀਂ ਲਗਾ ਸਕਦੇ, ਜਨਰਲ ਤੁਸੀਂ ਲਗਾ ਸਕਦੇ ਹੋ।
ਆਸਫ ਜੀ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਜਿਵੇਂ ਰਿਚਾ ਜੀ ਨੇ ਗੱਲ ਕੀਤੀ ਵੀ ਦੋਨੋਂ ਪ੍ਰੋਫਾਈਲਸ ਦੇ ਵਿੱਚ ਡਿਫਰੈਂਸ ਰਹਿੰਦਾ, ਸਕਸੈਸ ਦੇ ਵਿੱਚ ਬਹੁਤ ਐਸ ਸੱਚ ਬਹੁਤ ਜ਼ਿਆਦਾ ਡਿਫਰੈਂਸ ਨਹੀਂ ਹੈ। ਜਦੋਂ ਇੱਕ ਵਾਰੀ ਬੱਚਾ ਰਿਜੈਕਟ ਹੋ ਗਿਆ ਤਾਂ ਨੈਚੁਰਲੀ ਉਹ ਦੁਬਾਰਾ SPP 'ਚ ਨਹੀਂ ਲੱਗ ਸਕਦਾ, ਉਹਨੂੰ ਨੋਨ SPP ਹੀ ਲਾਉਣਾ ਪੈਣਾ। ਤੁਸੀਂ ਦੋਨੋਂ ਤਿੰਨੋਂ ਕੈਟੇਗਰੀਜ਼ ਦੇ ਵਿੱਚ ਕੰਮ ਕਰਦੇ ਹੋ, ਐਕਸਪਰਟਾਈਜ਼ ਹੈ ਜਾਂ ਸਿਰਫ SPP ਜਾਂ ਯੂਨੀਵਰਸਿਟੀਜ਼ ਨੂੰ ਹੀ ਡੀਲ ਕਰਦੇ? ਨਹੀਂ 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 ਸਰ, ਹਮ ਤਿੰਨੋਂ ਕੈਟੇਗਰੀਜ਼ ਮੇਂ ਹਮ ਕਾਮ ਕਰਤੇ ਹੈਂ, ਯੂਨੀਵਰਸਿਟੀ, ਨੋਨ SPP ਐਂਡ SPP। ਮੈਂ ਇਹ ਕਹਿਣਾ ਚਾਹੂੰਗਾ, ਇਹ ਐਕਚੁਅਲੀ ਤਿੰਨ ਡਿਫਰੈਂਟ ਪ੍ਰੋਸੈਸਿਸ ਹੈ। ਅਗਰ ਹਮ SPP ਕੈਟੇਗਰੀ ਕੀ ਬਾਤ ਕਰੇਂਗੇ ਨਾ, SPP ਕੈਟੇਗਰੀ ਮੇਂ ਏਕ ਤੋ ਆਪਕਾ ਏਕ ਸਪੈਸਿਫਿਕ ਇੰਸਟੀਟਿਊਟ ਰਹੇਗਾ, SPP ਇੰਸਟੀਟਿਊਟ ਅਭੀ ਕੇ ਲੀਏ ਐਜ਼ ਆਫ ਯੂ ਨੋ 2016 2017 ਵਹਾਂ ਪੇ 47 ਇੰਸਟੀਟਿਊਟਸ ਹੈ SPP ਕੈਟੇਗਰੀ ਮੇਂ। एक तो आपने इंस्टीट्यूट इसमें लेना है, सेकंड इसमें लैंग्वेज प्रोफिशिएंसी का एक बेंचमार्क रहता है ना, आपका ओवरऑल 6 मिनिमम 5.5 इन इंडिविजुअल मॉड्यूल्स होना ही चाहिए, ठीक है। खैर अब PTE भी आ गया इसमें, और तीसरा इसमें फास्ट ट्रैक है, ये प्रोसेस बड़ा तेज होता है SPP का, क्योंकि डॉक्यूमेंटेशन कम है ना। तो अगर हम अब नॉन SPP की बात करेंगे, उसमें डॉक्यूमेंटेशन ज्यादा है, हम LE का प्रोग्राम ले सकते हैं, इंग्लिश लैंग्वेज का जो प्रोग्राम है, ESL का हम प्रोग्राम ले सकते हैं, और लेकिन हमें डॉक्यूमेंटेशन बहुत यूज करनी है, हमने अपना फाइनेंशियल्स दिखाना है, तो फाइलिंग थोड़ी मोटी सी हो जाती है और प्रोसेस में थोड़ा टाइम लग जाता है। अब यूनिवर्सिटी कैटेगरी, उसका चेकलिस्ट डिफरेंट, अलग से चेकलिस्ट है, तो ये प्रोसेस डिफरेंट है। इसमें वीजा सक्सेस का मेरे हिसाब से उतना कुछ है नहीं। आप बात कर रहे थे 5.5 बैंड वाले, यू नो 6 बैंड वाले, 5 बैंड वाले, उनके वीजा निकलते हैं, वो वीजाज हम जनरल कैटेगरी में करते हैं, लेकिन जो वो 5.5 बैंड वाले हैं या इंग्लिश प्रोफिशिएंसी हैं, इसके अलावा ये छोड़ के मेरे हिसाब से इंग्लिश प्रोफिशिएंसी का जो वेटेज है वो 10% रहता है। आपका 90% बाकी पैरामीटर्स पे, बाकी फैक्टर्स पे डिपेंड करता है, जिसमें सबसे इंपॉर्टेंट चीज आपका एकेडमिक्स जाता है, क्योंकि एकेडमिक्स ओवरऑल या इंडिविजुअली भी काउंट होता है उसमें भी। एकेडमिक्स उसको हम एक प्रोग्रेशन कहते हैं, आपके जो पिछले दो तीन साल की स्टडी है, उसमें आपने जो कोर्स सब्जेक्ट्स पढ़े हैं और जो आपका प्रपोज स्टडी है जिसके लिए आपको जाना है, उसमें कितनी रेलेवेंसी है और वो कितना स्ट्रांग है आपका, तो मेनली वो देखते हैं आप। मैं बार बार परफॉर्मेंस क्या रह रही है, हाँ जी हाँ जी, मैं बार बार यही कहता हूँ स्टूडेंट से कि हमने एक रीजन देना है एम्बेसी ऑफिसर को वीजा देने के लिए, तो वो रीजन कैसे देते हैं हम, मैंने एकेडमिक्स के लिए जाना तो मेरा पुराना एकेडमिक्स अच्छा है, मेरा इंग्लिश प्रोफिशिएंसी अच्छा है और मेरा प्रोग्रेशन अच्छा है, PCM पढ़ा है मैंने, 60+% है, इंजीनियरिंग के लिए जा रहा हूं, तो हम एक रीजन दे रहे हैं उसको कि नहीं मैं जा सकता हूं और मैं एलिजिबल हूं वीजा के लिए। पर बच्चा, तुसी भी कितने ना कितने एग्री करोगे, प्रेफर करता है अज सुन के वर्ड SPP भी मैं सिर्फ SPP दे विच ही जाना है, मेरा जनरल च ना लायो, उहदा कारण की देगा? उसका कारण सबसे इंपॉर्टेंट चीज आपका प्रोसेस, सिंप्लीफाइड प्रोसेस है, एक GIC सर्टिफिकेट, एक ट्यूशन फीस रिसिप्ट और एक मेडिकल का ट्रैकिंग शीट, तीन डॉक्यूमेंट होगा, चलो इजी प्रोसेस हो गया, कितने ना कितने बाकी जगह तो इकट्ठी कर दी इन्फॉर्मेशन भी ये बच्चे दे विच हाथ पाउंदी भी, जेड़े बाकी कहंदे नहीं नहीं जनरल ना लायो, जनरल च वीजा ही नहीं आउणा, ये गलत कॉन्सेप्ट है। इवन यू नो इफ यू लुक एट द रेगुलेशन ऑफ यू नो IRCC एम्बेसी कैनेडा, वहां पे ऐसा कहीं पे भी नहीं लिखा है कि जनरल में आपका वीजा के चांसेस कम है, आप मेरे को दिखा दीजिए। और ये भी कितना नहीं लिखा है, SPP लाओगे तो 100% वीजा मिलेगा, ये भी कहीं पे नहीं लिखा है। आपके SPP के रिजेक्शन है मार्केट में, आपके जनरल के वीजाज हैं। ग्लोबल अपॉर्चुनिटीज में हमारा क्या है, ट्रैक रिकॉर्ड है हमारा, 3 refusal, 4 refusal, 5th में हमने उसका केस की प्रेजेंटेशन करके जनरल में निकाला। जनरल में हमारा वीजा सक्सेस, क्यों मैम, जनरल में हमारा वीजा सक्सेस 80-90% है। ग्लोबल अपॉर्चुनिटीज पूरे चंडीगढ़ बेसिकली ऐसे, फिर गल आ गई भी एक्सपर्टाइज एक्सपीरियंस काउंट करता है कंपनी का, उन्होंने जेडे इंप्लॉयज ने उन्हों का भी वो फाइल से वर्क किन्ना हार्ड कर रहे, बहुत इंपॉर्टेंट है। कैनेडा एंड भी चीज है, जिमें परसेंटेज की गल कर रहे हो, अजकल एम्बेसी जोड़ा है, ईवन वो थ्योरी चो थोड़े किन्ने मार्क्स ने, प्रैक्टिकल चो किन्ने, जिवें 12th का स्टूडेंट है स्पेशली अगर पंजाब बोर्ड की आप गल करिए, कुछ है प्रैक्टिकल चो ज्यादा लेते हैं, थ्योरी चो घट आए हैं, तो वो चीजा भी मैटर कर दिया ने नाल नाल, केस भी वो मैनशन आ जाता है कि थोड़े थ्योरी चो घट सी है कुछ है, तो वो सारी इन्फॉर्मेशन देख के ही असं डिसाइड करते हैं, स्टूडेंट नु एडवाइस करते हैं कि जनरल दे विच ठीक रहेगा, या स्टूडेंट नु मेनली ये चीज होंगी कि साडे कोल इक्को ही मौका है SPP लगाने का, असी SPP ही लगाइए फाइल, इस चीज करके उन्हों का मेन रहता कि असी SPP लगाइए, बट ये चीज बहुत इंपॉर्टेंट है कि कैटेगरी केड़ी है थोड़ी, डिसाइड करना कि अगर ब्रीक प्रोफाइल है तो आप जनरल दे विच भी लगाइए, कोई जरूरी नहीं है जनरल दे विच साडा वीजा की है आएगा ही नहीं, अदरवाइज उन्होंने कैटेगरी ही क्यों देंगे अगर उन्होंने देना ही नहीं सी कुछ, अगर अलग तो कैटेगरी दे रहे हैं दैट मीनस उन्होंने कुछ स्पेसिफिक देख के ता ही वीजा इशू कर रहे हैं।
ਆਸਫ ਜੀ, ਜਿਹੜੇ ਸਟੂਡੈਂਟ ਡਿਫਰੈਂਸ਼ੀਏਟ ਕਿਵੇਂ ਕਰਦੇ ਹੋ, ਇਸ ਸਟੂਡੈਂਟ ਨੂੰ ਜਨਰਲ ਜਾਣਾ ਚਾਹੀਦਾ, ਇਹਨੂੰ SPP ਦੇ ਵਿੱਚ, ਇਹਨੂੰ ਯੂਨੀਵਰਸਿਟੀ ਜਾਣਾ ਚਾਹੀਦਾ, ਕਿਵੇਂ ਡਿਫਰੈਂਸ਼ੀਏਟ ਕਰਦੇ ਹੋ? ਸਭ ਸੇ ਬੜੀ ਚੀਜ਼ ਆਪਕਾ ਪ੍ਰੋਫਾਈਲ, ਠੀਕ ਹੈ, ਐਂਡ ਆਪਕਾ ਪ੍ਰੀਵੀਅਸ ਵੀਜ਼ਾ ਹਿਸਟਰੀ। ਅਗਰ ਕਿਸੀ ਬੱਚੇ ਨੇ ਫਾਈਲ ਡਾਲੀ SPP ਮੇਂ, ਤੋ ਡੈਫੀਨੇਟਲੀ ਸੈਕਿੰਡ ਟਾਈਮ ਵੋ ਸਿੱਧੇ ਨੋਨ SPP ਮੇਂ ਹੀ ਜਾਏਗਾ। ਇੱਕ ਸਭ ਸੇ ਬੜਾ ਫੈਕਟਰ ਇਹ ਹੈ। ਐਂਡ ਸੈਕਿੰਡ, ਆਪਕਾ ਅਕੈਡਮਿਕਸ, ਆਪਕਾ ਗੈਪ, ਅਗਰ ਪ੍ਰੋਫਾਈਲ ਹਮਾਰਾ ਅਕੈਡਮਿਕਸ ਸੇ ਜਸਟੀਫਾਈ ਨਹੀਂ ਹੋ ਰਹਾ ਹੈ, ਤੋ ਜਨਰਲ ਮੇਂ ਹਮਾਰੇ ਪਾਸ ਇਤਨੀ ਫਲੈਕਸੀਬਿਲਿਟੀ, ਹਮ SOP ਅਟੈਚ ਕਰ ਸਕਤੇ ਹੈਂ। ਆਪਕੋ ਪਤਾ ਹੋਗਾ SPP ਕਾ ਜੋ ਚੈਕਲਿਸਟ ਹੈ, ਉਸਮੇਂ ਹਮ SOP ਜੈਸੀ ਚੀਜ਼ੇ ਅਟੈਚ ਨਹੀਂ ਕਰ ਸਕਤੇ, ਮੈਂਡੇਟਰੀ ਨਹੀਂ ਹੈ। ਲੇਕਿਨ ਹਮ ਜਨਰਲ ਮੇਂ ਹਮ ਆਪਣਾ ITR ਦਿਖਾ ਰਹੇ ਹੈਂ, ਮੇਰੇ ਪਾਸ 10 ਲੱਖ 15 ਲੱਖ ਰੁਪਏ ਕਾ ਐਨੁਅਲ ITR ਹੈ, ਉਸਸੇ ਹਮ ਆਪਣੀ ਚੀਜ਼ੇ ਜਸਟੀਫਾਈ ਕਰ ਸਕਤੇ ਹੈਂ। ਹਮ ਇੱਕ ਪ੍ਰੋਪਰ ਲੈਟਰ ਆਫ ਐਕਸਪਲੇਨੇਸ਼ਨ ਮੇਂ ਆਪਣਾ SOP ਡਾਲ ਸਕਤੇ ਹੈਂ। ਤੋ ਜਨਰਲ ਫਾਈਲਿੰਗ ਸਿੰਪਲੀ, ਜਹਾਂ ਪੇ ਹਮੇ ਜਸਟੀਫਿਕੇਸ਼ਨ ਕੇ ਲੀਏ ਬਹੁਤ ਕੁਛ ਕਰਨਾ ਹੈ ਅਕੈਡਮਿਕਸ ਕੇ ਇਲਾਵਾ, ਵਹਾਂ ਪੇ ਹਮ ਜਨਰਲ ਫਾਈਲਿੰਗ ਯੂਜ਼ ਕਰਤੇ ਹੈਂ। ਠੀਕ ਹੈ ਸਰ, ਅਗਰ ਹਮਾਰੇ ਪਾਸ ਇੱਕ ਪੋਸ਼ ਪ੍ਰੋਫਾਈਲ ਹੈ, ਸਹੀ ਪ੍ਰੋਫਾਈਲ ਹੈ, ਪਹਿਲੀ ਵਾਰ ਅਪਲਾਈ ਕਰੇ ਤੋ ਉਹ ਆਟੋਮੈਟਿਕਲੀ SPP ਮੇਂ ਜਾਏਗਾ। ਅਗਰ ਹਮਾਰੇ ਪਾਸ ਇੱਕ ਬਹੁਤ ਅੱਛਾ ਪ੍ਰੋਫਾਈਲ ਹੈ, ਜਿਸਕੋ ਬੈਚਲਰ ਕੇ ਲੀਏ ਜਾਣਾ ਹੈ, ਜੋ ਮਾਸਟਰਸ ਕੇ ਲੀਏ ਜਾ ਰਹਾ ਹੈ, ਉਹ ਆਟੋਮੈਟਿਕਲੀ ਯੂਨੀਵਰਸਿਟੀ ਕੇ ਲੀਏ ਜਾ। ਇਹਦੇ ਵਿੱਚ ਜਿਹੜੇ ਰਿਜੈਕਟਡ ਹੋ ਚੁੱਕੇ, ਡਿਕਲਾਈਨ ਹੋ ਚੁੱਕੇ ਬੱਚੇ ਨੇ, ਮੈਂ ਉਹਨਾਂ ਬਾਰੇ ਵੀ ਪੋਸੀਬਿਲਿਟੀ ਜਾਣਨਾ ਚਾਹੁੰਦਾ, ਕੀ ਰਹਿੰਦੀ ਹੈ? ਮੈਂ ਇਹ ਮਾਨਤਾ ਹਾਂ ਕਿ ਸੇਮ ਰਹਿਤਾ ਹੈ, ਪ੍ਰੋਵਾਈਡਿਡ ਉਨਕਾ ਪ੍ਰੋਫਾਈਲ ਠੀਕ ਠੀਕ ਹੋ। SPP, ਨਾਨ SPP, ਜਨਰਲ, ਰਿਜੈਕਸ਼ਨ, ਐਸਾ ਕੁਛ ਨਹੀਂ ਹੈ। ਜਿਸ ਟਾਈਮ ਪੇ ਆਪ ਆਪਣੇ ਕੇਸ ਕੋ ਅੱਛੇ ਸੇ ਪ੍ਰੈਜੈਂਟ ਕਰੋਗੇ, ਅੱਛੇ ਸੇ ਜਸਟੀਫਾਈ ਕਰੋਗੇ, ਔਰ ਵੀਜ਼ਾ ਆਫਿਸਰ ਕੋ ਰੀਜ਼ਨ ਦੋਗੇ ਵੀਜ਼ਾ ਦੇਣੇ ਕੇ ਲੀਏ, ਆਪਕੋ ਵੀਜ਼ਾ ਮਿਲ ਜਾਏਗਾ। ਅਸਲ ਵਿੱਚ ਇੱਕ ਰੀਜ਼ਨ ਰਹਿੰਦਾ ਬੇਸਿਕਲੀ, ਮੈਂ ਤਾਂ ਸਵਾਲ ਪੁੱਛਿਆ। ਹੁਣ ਸਪੋਜ਼ ਇੱਕ ਵਾਰੀ ਜਾਂ ਦੋ ਵਾਰੀ ਬੱਚਾ ਰਿਜੈਕਟ ਹੋ ਗਿਆ, ਜਦੋਂ ਤੀਜੀ ਵਾਰੀ ਜਾਂ ਦੂਸਰੀ ਵਾਰੀ ਉਹਨੂੰ ਵੀਜ਼ਾ ਮਿਲਣਾ ਹੈ, ਇਟ ਮੀਨਸ ਉਹ ਵੀਜ਼ਾ ਆਫਿਸਰ ਨੇ ਆਪਣੇ ਕੁਲੀਗ ਪਹਿਲੇ ਵੀਜ਼ਾ ਆਫਿਸਰ ਦੀ ਗੱਲ ਨੂੰ ਕੱਟਣਾ ਹੈ, ਨਹੀਂ ਤੁਸੀਂ ਰੀਜ਼ਨ ਪਹਿਲੇ ਗਲਤ ਦਿੱਤਾ ਸੀ, ਇਹ ਬੱਚਾ ਐਲੀਜੀਬਲ ਹੈ, ਇਹਨੂੰ ਵੀਜ਼ਾ ਮਿਲਣਾ ਚਾਹੀਦਾ, ਉਹ ਉਹਦੇ ਲਈ ਵੀ ਕਿਤੇ ਨਾ ਕਿਤੇ ਮੁਸ਼ਕਿਲ ਹੁੰਦਾ ਆਪਣੇ ਇੰਪਲੋਈ ਨੂੰ ਕੱਟਣਾ। ਸੋ ਉਹ ਕਿਵੇਂ ਡਿਸੀਜ਼ਨ, ਕੀ ਚੀਜ਼ਾਂ ਤੇ ਗੌਰ ਕੀਤਾ ਜਾਂਦਾ, ਕੀ ਪੋਜ਼ਿਟਿਵ ਚੀਜ਼ਾਂ ਉਹਦੇ ਵਿੱਚ ਪਾਈਆਂ ਜਾਂਦੀਆਂ ਜਿਹਦੇ ਕਰਕੇ ਵੀਜ਼ਾ ਦੁਬਾਰਾ ਮਿਲ ਜਾਂਦਾ? ਹਮ ਜਬ ਵੀ ਰੀਫਾਈਲਿੰਗ ਕਰਤੇ ਹੈ, ਹਮ ਸਭ ਸੇ ਇੰਪੋਰਟੈਂਟ ਪ੍ਰੈਜੈਂਟੇਸ਼ਨ ਕਾ ਧਿਆਨ ਰੱਖਤੇ ਹੈ। ਜੋ ਚੀਜ਼ੇ ਆਪ ਪਹਿਲੇ SPP ਕੈਟੇਗਰੀ ਮੇਂ ਜਸਟੀਫਾਈ ਨਹੀਂ ਕਰ ਪਾਏ, ਪ੍ਰੈਜੈਂਟ ਨਹੀਂ ਕਰ ਪਾਏ, SOP ਹੈ ਉਹ ਨਹੀਂ ਲੱਗਣੀ, ਬੜਾ ਇੰਪੋਰਟੈਂਟ ਚੀਜ਼। ਇੱਕ SOP ਹੈ, ਆਪਕਾ SOP ਜਿਤਨਾ ਪਾਵਰਫੁਲ ਹੋ, ਕਿਉਂਕਿ ਕੈਨੇਡਾ ਮੇਂ ਕਿਆ ਹੈ, ਯੂ ਵਿਲ ਨੈਵਰ ਸਪੀਕ ਟੂ ਯੋਰ ਐਮਬੈਸੀ ਆਫਿਸਰ। SOP ਇਜ਼ ਦ ਓਨਲੀ ਮੀਨਸ ਵਿਚ ਇਜ਼ ਯੂ ਨੋ, ਜੋ ਆਪਕੀ ਬਾਤ ਐਮਬੈਸੀ ਆਫਿਸਰ ਕਨਵੇ ਕਰ ਸਕਦਾ ਹੈ ਆਪਕਾ ਮੈਸੇਜ। ਤੋ ਇੱਕ SOP ਬਹੁਤ ਇੰਪੋਰਟੈਂਟ ਹੈ, ਔਰ SOP ਕੇ ਕਿਆ ਇੰਪੋਰਟੈਂਟ ਪਾਰਟਸ ਹੈ ਵੋ ਬਹੁਤ ਇੰਪੋਰਟੈਂਟ ਹੈ। ਅੱਛਾ, ਇਸੀ ਤਰੀਕੇ ਸੇ ਫਾਈਨੈਂਸ਼ੀਅਲਸ, ਆਪਕਾ CA ਰਿਪੋਰਟ, ਆਪਕੇ ਸੇਵਿੰਗਸ, ਆਪਕਾ ਯੂ ਨੋ ਟੈਕਸ ਰਿਟਰਨਸ, ਤੋ ਐਸੀ ਚੀਜ਼ੇ ਹਮ ਜਸਟੀਫਾਈ ਕਰਤੇ ਹੈ, ਔਰ ਦੂਸਰਾ ਜੋ ਐਮਬੈਸੀ ਆਫਿਸਰ ਹੋ, ਵੋ ਉਸਕੋ ਚੀਜ਼ੇ ਕਲੀਅਰ ਹੋ ਜਾਤੀ ਹੈ, ਔਰ ਉਸਕੋ ਫਿਰ ਵੀਜ਼ਾ ਦੇਣੇ ਮੇਂ ਦਿੱਕਤ ਨਹੀਂ ਹੋਤੀ। ਔਰ ਇਹਦੇ ਵਿੱਚ ਮੈਂ ਇੱਕ ਹੋਰ ਚੀਜ਼ ਐਡ ਕਰਨਾ ਚਾਹੂੰਗੀ ਕਿ ਇਹਦੇ ਵਿੱਚ ਕਈ ਵਾਰ ਕਿਆ ਹੁੰਦਾ, ਬੱਚੇ ਨੇ ਦੋ ਵਾਰੀ ਅਪਲਾਈ ਕੀਤਾ, ਤਿੰਨ ਵਾਰੀ ਅਪਲਾਈ ਕੀਤਾ, ਉਹਨੇ ਕਿਹੜਾ ਕੋਰਸ ਅਪਲਾਈ ਕੀਤਾ ਸੀ, ਕਿਹੜਾ ਕਾਲਜ ਅਪਲਾਈ ਕੀਤਾ ਸੀ। ਅਗਰ ਆਪਾਂ ਉਹਨੂੰ ਸਾਰੀ ਪ੍ਰੋਫਾਈਲ ਨੂੰ ਇੱਕ ਵਾਰੀ ਦੇਖ ਕੇ ਚੰਗੀ ਤਰ੍ਹਾਂ ਉਹਦਾ ਐਨਾਲਾਈਜ਼ ਕਰੀਏ ਕਿ ਇਹਦਾ ਕੋਰਸ ਸਿਲੈਕਸ਼ਨ ਸਹੀ ਨਹੀਂ ਸੀ, ਅਗਰ ਐਮਬੈਸੀ ਇੱਕ ਵਾਰੀ ਕਹਿ ਰਹੀ ਹੈ ਵੀਜ਼ਾ ਆਫਿਸਰ ਕਿ ਤੁਸੀਂ ਸਿਲੈਕਟ ਠੀਕ ਨਹੀਂ ਕੀਤਾ, ਦੂਸਰੀ ਵਾਰੀ ਵੀ ਕਹਿ ਰਹੀ ਹੈ ਠੀਕ ਤੁਸੀਂ ਸਿਲੈਕਟ ਨਹੀਂ ਕੀਤਾ, ਦੈਟ ਮੀਨਸ ਵਾਕਈ ਹੈ ਕਿ ਤੁਸੀਂ ਸਿਲੈਕਟ ਠੀਕ ਪ੍ਰੋਗਰਾਮ ਜਿਹੜਾ ਹੈ ਉਹ ਨਹੀਂ ਲਿੱਤਾ। ਪਰ ਇਹ ਬਹੁਤ ਸਾਰੀਆਂ ਪ੍ਰੋਫਾਈਲ ਵਿੱਚ ਇਹ ਚੀਜ਼ ਦੇਖੀ ਹੈ ਕਿ ਅਗਰ ਆਪਾਂ ਕੋਰਸ ਉਹਨਾਂ ਦਾ ਚੇਂਜ ਕਰਕੇ ਦੈਨ ਉਹਨਾਂ ਨੂੰ ਕਾਲਜ ਡਿਫਰੈਂਟ ਦੇ ਕੇ ਪ੍ਰੋਫਾਈਲ ਨੂੰ ਆਪਾਂ ਉਹ ਕਰਦੇ ਹਾਂ, ਐਨਾਲਾਈਜ਼ ਕਰਕੇ ਪ੍ਰੋਪਰ ਤਰੀਕੇ ਨਾਲ ਰਿਪ੍ਰੈਜ਼ੈਂਟ ਕਰਦੇ ਹਾਂ, ਦੈਨ ਵੀਜ਼ਾ ਸਟੂਡੈਂਟ ਦਾ ਆਉਂਦਾ ਹੈ। ਪਰ ਜਿਹੜੀ ਕਈ ਵਾਰ ਇਹ ਵੀ ਹੋਇਆ, ਇੱਕ ਵਾਰੀ ਰਿਜੈਕਟ ਹੋਇਆ ਬੱਚਾ, ਸੇਮ ਉਹੀ ਕਾਲਜ ਉਹੀ ਕੋਰਸ ਜਦੋਂ ਰੀਪਲਾਈ ਹੁੰਦਾ ਉਹਨੂੰ ਵੀਜ਼ਾ ਮਿਲਦਾ 100% ਮਿਲਦਾ। ਪਹਿਲੇ ਉਹਨੂੰ ਡਿਕਲਾਈਨ ਦਾ ਰੀਜ਼ਨ ਸੀਗਾ ਕੈਨੇਡਾ, ਇਹ ਕੋਰਸ ਹੀ ਠੀਕ ਨਹੀਂ ਲਿਆ, ਸੈਕਿੰਡ ਕਿਵੇਂ ਉਹ ਠੀਕ ਹੋ ਗਿਆ? ਕੈਨੇਡਾ ਐਮਬੈਸੀ ਦੇ ਵਿੱਚ ਆਪਾਂ ਪਹਿਲਾਂ ਮੇਬੀ ਤੁਸੀਂ ਆਪਣਾ SOP ਦੇ ਥਰੂ ਜਸਟੀਫਿਕੇਸ਼ਨ ਨਹੀਂ ਦਿੱਤੀ, ਸੈਕਿੰਡ ਟਾਈਮ ਤੁਸੀਂ ਜਸਟੀਫਿਕੇਸ਼ਨ ਦਿੱਤੀ, ਬਟ ਉਸ ਦੇ ਵਿੱਚ ਵੀਜ਼ਾ ਆਫਿਸਰ ਨੂੰ ਲੱਗਿਆ ਕਿ ਠੀਕ ਹੈ ਜਸਟੀਫਿਕੇਸ਼ਨ ਤੁਸੀਂ ਦੇ ਰਹੇ ਹੋ, ਤੁਹਾਨੂੰ ਵੀਜ਼ਾ ਗ੍ਰਾਂਟ ਹੋ ਗਿਆ। ਬਟ ਸਟਿਲ ਅਗਰ ਸੇਮ ਵੀਜ਼ਾ ਆਫਿਸਰ ਨੂੰ ਨਹੀਂ ਲੱਗਿਆ, ਥਰਡ ਟਾਈਮ ਆਪਾਂ, ਕਿਉਂਕਿ ਮੈਂ ਇਹ ਪ੍ਰੈਕਟੀਕਲੀ ਦੇਖ ਚੁੱਕੀ ਹਾਂ, ਐਕਸਪੀਰੀਅੰਸ ਕਰ ਚੁੱਕੇ ਹਾਂ, ਅਗਰ ਸਾਡੇ ਕੋਲ ਕੁਝ ਕੁਝ ਕੇਸਿਸ ਆਉਂਦੇ ਰਹੇ ਜਿਵੇਂ ਬੱਚੇ ਨੇ ਉਸ ਤਰੀਕੇ ਨਾਲ ਲਗਾਇਆ ਸੀ, ਤੀਸਰੀ ਵਾਰੀ ਚੌਥੀ ਵਾਰ ਲਗਾ ਰਹੇ ਹਾਂ, ਕਾਲਜ ਚੇਂਜ ਕਰਕੇ ਲਗਾ ਰਹੇ, ਆਪਣੇ ਕੋਲ ਟਾਈਮ ਹੈ, ਬੱਚੇ ਨੂੰ ਅਸੀਂ ਪ੍ਰੈਫਰ ਕਰਦੇ ਹਾਂ ਕਿ ਆਇਲਸ ਵੀ ਇੱਕ ਮੈਟਰ ਕਰਦਾ, ਸਪੋਜ਼ 6 ਬੈਂਡ ਨਾਲ ਲਗਾਇਆ, ਇੰਪਰੂਵ ਕਰਕੇ ਅਗਰ 6.5 ਕਰ ਲੈਂਦਾ ਹੈ, ਤਾਂ ਉਹ ਅਗਰ ਆਪਾਂ ਇਹ ਚੀਜ਼ਾਂ ਕਰਕੇ ਇੰਪਰੂਵ ਲਗਾਉਂਦੇ ਆ ਫਾਈਲ, ਕਿਉਂਕਿ ਜਿਹੜਾ ਰਿਫਿਊਜ਼ਲ ਲੈਟਰ ਆਉਂਦਾ ਐਮਬੈਸੀ ਦਾ, ਉਹ 'ਚ ਵੀ ਉਹ ਇਹ ਚੀਜ਼ ਲਿਖਦੇ ਨੇ ਕਿ ਅਗਰ ਤੁਹਾਡੀ ਪ੍ਰੋਫਾਈਲ ਦੇ ਵਿੱਚ ਕੁਝ ਚੀਜ਼ਾਂ ਇੰਪਰੂਵ ਹੁੰਦੀਆਂ ਨੇ, ਤਾਂ ਤੁਸੀਂ ਸਾਨੂੰ ਦੁਬਾਰਾ ਸਬਮਿਟ ਕਰ ਸਕਦੇ ਹੋ ਆਪਣੀ ਪ੍ਰੋਫਾਈਲ। ਇੰਪਰੂਵ ਆਪਣੀਆਂ ਤਾਂ ਹੀ ਹੋਈਆਂ ਅਗਰ ਆਪਾਂ ਕੁਝ ਫਾਈਨੈਂਸ਼ੀਅਲੀ ਇੰਪਰੂਵ ਕਰ ਲਿਆ, ਠੀਕ ਹੈ, ਦੈਨ ਆਇਲਸ ਕਰ ਲਿਆ, ਦੈਨ ਕੋਰਸ ਚੇਂਜ ਕਰ ਲਿਆ, ਕਾਲਜ ਚੇਂਜ ਕਰ ਲਿਆ, ਸਾਰੀਆਂ ਚੀਜ਼ਾਂ ਰਿਚਾ ਜੀ ਜੱਜ ਕਰਨ ਲਈ ਸਿਰਫ ਜੋ ਰਿਜੈਕਸ਼ਨ ਲੈਟਰ ਹੈ ਉਹੀ ਬਹੁਤ ਹੈ, ਜਾਂ ਹਰ ਇੱਕ ਲਈ ਕੇਪਸ ਨੋਟ ਦੀ ਲੋੜ ਪੈਂਦੀ ਹੈ? ਨਹੀਂ, ਇਹ ਕੋਈ ਜ਼ਰੂਰੀ ਨਹੀਂ ਹੈ ਕਿ ਹਰ ਇੱਕ ਲਈ ਕੇਪਸ ਨੋਟ ਜਿਹੜਾ ਹੈ ਜ਼ਰੂਰੀ ਹੈ। ਕੁਝ ਕੇਸਿਸ ਹੈ ਜਿਵੇਂ ਅਗਰ ਪਰਸੈਂਟੇਜ ਬਹੁਤ ਘੱਟ ਲੱਗ ਰਹੀ ਹੈ ਜਾਂ ਆਇਲਸ ਆਪਾਂ ਨੂੰ ਲੱਗ ਰਿਹਾ, ਉਹਨਾਂ ਵਿੱਚ ਜ਼ਰੂਰੀ
ਇੰਨੇ ਵਿੱਚ ਸਟੂਡੈਂਟ ਨੂੰ ਹੁੰਦਾ ਕਿ ਮੇਰਾ ਇਨਟੇਕ ਨਿਕਲ ਰਿਹਾ, ਮੈਂ ਸੈਕਿੰਡ ਟਾਈਮ ਅਪਲਾਈ ਕਰ, ਕਿਉਂਕਿ ਅਸੀਂ ਬਿਨਾਂ ਕੇਪਸ ਤੋਂ ਵੀ ਜਿਹੜੇ ਹੈ ਬਹੁਤ ਸਾਰੇ ਕੇਪ ਜਿਹੜੇ ਨੇ ਵੀਜ਼ਾਸ ਅਪਲਾਈ ਕੀਤੇ ਨਾ, ਸਟੂਡੈਂਟ ਦੇ 100% ਜਿਹੜੇ ਨੇ ਵੀਜ਼ਾ ਗ੍ਰਾਂਟ ਹੋਏ ਨੇ। ਇੱਕ ਚੀਜ਼ ਯਹਾਂ ਪੇ ਬਤਾਨਾ ਚਾਹੂੰਗਾ ਮੈਂ, ਹਮ ਗਲੋਬਲ ਅਪਰਚੁਨਿਟੀਜ਼ ਮੇਂ ਫੋਰਕਾਸਟਿੰਗ ਮੇਂ ਬੜਾ ਅੱਛਾ ਹੈ, ਆਈ ਮੀਨ ਬਹੁਤ ਅੱਛਾ ਕਰਤੇ ਹੈ, ਹਮ ਚੀਜ਼ੋਂ ਕੋ ਫੋਰਕਾਸਟ ਕਰਤੇ ਹੈ। ਅਗਰ ਆਪ ਮੇਰੇ ਪਾਸ ਪ੍ਰੋਫਾਈਲ ਲੈ ਕੇ ਆਓਗੇ ਤੋ ਇਤਨੀ ਹਮਾਰੇ ਪਾਸ ਐਕਸਪਰਟਾਈਜ਼ ਹੈ, ਮੈਮ ਕੇ ਪਾਸ ਹਮਾਰਾ ਜੋ ਟੀਮ ਹੈ, ਹਮ ਆਪਕੋ ਬਤਾ ਦੇਂਗੇ ਕਿ ਇਸ ਫਾਈਲ ਕੇ ਸਾਥ ਕਿਆ ਹੋਨੇ ਵਾਲਾ ਹੈ। ਠੀਕ ਹੈ, ਆਪ ਕੇਪਸ ਕੀ ਬਾਤ ਕਰ ਰਹੇ ਥੇ, ਕੇਪਸ ਠੀਕ ਹੈ, ਕਭੀ ਕਭਾਰ ਸੈਟਿਸਫੈਕਸ਼ਨ ਕੇ ਲਈ ਹਮ ਕੇਪਸ ਕਾ ਕਰ ਲੇਤੇ ਹੈ, ਲੇਕਿਨ ਸਹੀ ਬਾਤ ਆਪਕਾ ਆਇਲਸ ਅਕੈਡਮਿਕਸ ਆਪਕਾ ਓਵਰਆਲ ਪ੍ਰੋਫਾਈਲ ਤੋ ਜਜ ਕਰ ਹੀ ਲੇਂਗੇ ਹਮ ਕਿ ਸਟੂਡੈਂਟ ਕੇ ਸਾਥ ਆਗੇ ਯੂ ਨੋ ਡਿਸੀਜਨ ਮੇਂ ਕਿਆ ਹੋ ਸਕਤਾ ਹੈ, ਉਸਕਾ ਤੋ ਕਨਫਰਮ ਹੈ। ਇਹਦੇ 'ਚ ਦੋ ਪ੍ਰੋਸੈਸ ਵੀ ਨੇ, ਬੱਚੇ ਮੇਰੇ ਕੋਲ ਪਤਾ ਨਹੀਂ ਇਸ ਚੀਜ਼ ਬਾਰੇ ਬਹੁਤ ਜ਼ਿਆਦਾ ਜਾਣਦੇ ਕਿ ਨਹੀਂ, ਵੀਜ਼ਾ ਲਾਉਣ ਦੇ ਇੱਕ ਔਨਲਾਈਨ ਇੱਕ ਪੇਪਰ ਵੀਜ਼ਾ, ਕੀ ਫਰਕ ਹੈ? ਵਹੀ ਇੱਕ ਮੋਡ ਆਫ ਐਪਲੀਕੇਸ਼ਨ ਕਾ ਫਰਕ ਹੈ, ਹਮ ਜਬ ਪੇਪਰ ਐਪਲੀਕੇਸ਼ਨ ਡਾਲਤੇ ਹੈ ਤੋ ਫਿਜ਼ੀਕਲ ਫਾਈਲ ਜਾਤੀ ਹੈ ਐਮਬੈਸੀ ਮੇਂ, ਪੀਐਫਐਸ ਮੇਂ। ਔਨਲਾਈਨ ਮੇਂ ਹਮ ਘਰ ਜਾ ਕੇ ਆਪਣਾ ਸਾਰਾ ਡਾਕੂਮੈਂਟੇਸ਼ਨ, ਹਮਨੇ IRCC ਕਾ ਪੋਰਟਲ ਹੈ ਵਹਾਂ ਪੇ ਅਕਾਊਂਟ ਓਪਨ ਕਰਤੇ ਹੈ ਤੋ ਹਮਨੇ ਅਪਲੋਡ ਕਰਕੇ। ਅਬ ਦੋਨੋਂ ਚੀਜ਼ੋਂ ਮੇਂ, ਦੋਨੋਂ ਪ੍ਰੋਸੈਸ ਮੇਂ ਇੱਕ ਚੀਜ਼ ਬੜੀ ਇੰਪੋਰਟੈਂਟ ਹੈ, ਵੋ ਪ੍ਰੋਸੈਸਿੰਗ ਟਾਈਮ। ਅਭੀ ਕੇ ਲਿਏ ਜੋ ਹਮ ਮਾਰਕੀਟ ਮੇਂ ਦੇਖ ਰਹੇ ਹੈ, ਔਨਲਾਈਨ ਕਾ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਹੈ ਅਭੀ ਕੇ ਲਿਏ। ਜ਼ਿਆਦਾ ਮੀਨਸ? ਜ਼ਿਆਦਾ ਮੀਨਸ 2 ਮਹੀਨੇ ਵੀ, 2.5 ਮਹੀਨੇ ਵੀ ਲੱਗ ਜਾਤੇ ਹੈ ਪ੍ਰੋਸੈਸ ਹੋਣੇ ਮੇਂ, ਫਾਈਲ ਪ੍ਰੋਸੈਸ ਹੋਣੇ ਮੇਂ। ਪੇਪਰ ਫਾਈਲ ਕੀ ਹਮ ਬਾਤ ਕਰੇਂਗੇ ਐਜ਼ ਪਰ ਪ੍ਰੈਜ਼ੈਂਟ ਸਿਚੁਏਸ਼ਨ, ਮੈਕਸਿਮਮ ਮੈਕਸਿਮਮ 1 ਮਹੀਨਾ, 1.5 ਮਹੀਨਾ, ਹਾਲਾਂਕਿ ਉਹ ਵੀ ਜ਼ਿਆਦਾ ਹੈ ਇਨ ਕੰਪੈਰੀਜ਼ਨ ਟੂ ਬਿਫੋਰ, ਯੂ ਨੋ 3 ਟੂ 4 ਮੰਥਸ, ਜਹਾਂ ਜਬ ਜਬ 15 ਦਿਨ ਲੱਗ ਜਾਤੇ ਥੇ। ਇੱਕ ਯੇ ਇੰਪੋਰਟੈਂਟ ਚੀਜ਼ ਹੈ, ਐਂਡ ਸੈਕਿੰਡ ਚੀਜ਼ ਸ਼ਾਇਦ ਬਹੁਤ ਸਾਰੇ ਲੋਕ ਇਸ ਬਾਤ ਸੇ ਸਹਿਮਤ ਨਹੀਂ ਹੋਣਗੇ, ਇੱਕ ਮੋਡ ਆਫ ਐਪਲੀਕੇਸ਼ਨ ਬੜਾ ਇੰਪੋਰਟੈਂਟ ਰਹਿਤਾ ਹੈ, ਕਿਉਂਕਿ ਕਭੀ ਕਭਾਰ ਪੇਪਰ ਮੇਂ ਵੀਜ਼ਾ ਜ਼ਿਆਦਾ ਆਤੇ ਹੈ, ਔਨਲਾਈਨ ਮੈਂ ਵੀਜ਼ਾ ਸਕਸੈਸ ਕਮ ਰਹਿਤਾ ਹੈ। ਹੁਣ ਕਈਆਂ ਦੀ ਸੋਚ ਇਹ ਹੈ ਵੀ ਔਨਲਾਈਨ ਵੀਜ਼ਾ ਸਕਸੈਸ ਰੇਟ ਵੱਧ ਹੈ, ਪੇਪਰ ਵੀਜ਼ਾ ਕਰ, ਜ਼ਰੂਰੀ ਨਹੀਂ ਹੈ ਕਿ ਹਮਨੇ ਬਸ ਔਨਲਾਈਨ ਹੀ ਡਾਲਣਾ, ਇਹ ਫਲਕਚੁਏਟ ਕਰਤਾ ਹੈ, ਇਹ ਬਾਤ ਸਹੀ ਹੈ। ਪਰ ਇਦਾਂ ਇਹਨੂੰ ਕਿਵੇਂ ਤੁਸੀਂ ਡਿਫਰੈਂਸ਼ੀਏਟ ਕਰੋ? ਹੁਣ ਸਟੂਡੈਂਟ ਤੁਹਾਡੇ ਕੋਲ ਆਉਂਦਾ, ਕਿਵੇਂ ਉਹਨੂੰ ਕਹੋਗੇ ਤੇਰੀ ਪੇਪਰ ਵੀਜ਼ਾ ਲਾਵਾਂਗੇ ਜਾਂ ਨਹੀਂ, ਤੇਰਾ ਔਨਲਾਈਨ ਲਾਵਾਂਗੇ? ਵਹੀ ਟਾਈਮ ਪੇ ਡਿਪੈਂਡ ਕਰਤਾ ਹੈ, ਅੱਜ ਹਮਾਰੇ ਪਾਸ ਜੋ ਵੀ ਸਟੂਡੈਂਟ ਆਏਗਾ, ਹਮੇਂ ਪਤਾ ਹੈ ਕਿ ਪੇਪਰ ਫਾਈਲ ਕਦੋਂ ਨਿਕਲ ਰਹੀ ਹੈ। ਤੁਸੀਂ ਆਪ ਹੀ ਕਹਿ ਰਹੇ ਹੋ ਇਹਦੇ 'ਚ ਵੀ ਮਹੀਨਾ ਡੇਢ ਲੱਗਦਾ, ਸ਼ੋਰਿਟੀ ਤਾਂ ਕੋਈ ਨਹੀਂ ਹੈ ਵੀ ਕਿਹਦੇ ਕਦੋਂ ਆਏਗੀ। ਹਾਂ ਉਹ ਤਾਂ ਹੈ, ਬਟ ਫਿਰ ਵੀ ਇੱਕ ਗੈਸ, ਹਮ ਅਭੀ ਕੰਮ ਕਰ ਰਹੇ ਹੈਂ ਪਿਛਲੇ ਦੋ ਕੰਮ ਹੀ ਕਰ ਰਹੇ ਹੈਂ ਤਾਂ ਹਮੇਂ ਪਤਾ ਹੀ ਰਹਿਤਾ ਹੈ, ਐਕਸਪੀਰੀਅੰਸ ਨਾ ਪਤਾ, ਐਕਸਪੀਰੀਅੰਸ ਕੀ ਬਾਤ ਹੈ ਇਹ, ਕਿਉਂਕਿ ਫਾਈਲ ਡਾਲ ਕੇ ਰੱਖਿਆ। ਦੇਖਿਆ ਵੀਜ਼ਾ 2-3 ਦਿਨ 'ਚ ਵੀ ਪੇਪਰ ਵੀਜ਼ਾ ਆ ਜਾਂਦਾ, ਮੰਡੇ ਫਾਈਲ ਲਾਈ, ਬੁੱਧਵਾਰ ਵੀਰਵਾਰ ਵੀਜ਼ਾ ਆ ਗਿਆ, ਬਹੁਤ ਕੇਸਿਸ ਸਾਹਮਣੇ ਆਏ ਨੇ। ਕਈ ਵਾਰੀ ਹੁੰਦਾ ਵੀ ਸੋਮਵਾਰ ਦੀ ਲਾਈ, ਹਲੇ 2 ਮਹੀਨੇ ਹੋ ਗਏ ਆ, ਵੀਜ਼ਾ ਨਹੀਂ ਆਇਆ, ਸੋ ਇਹ ਕੀ ਫਰਕ ਰਹਿੰਦਾ ਵੀ? ਡਿਸੀਜਨ ਮੇਕਿੰਗ, ਕੁਝ ਕੇਸਿਸ ਬੜੇ ਸਟ੍ਰੇਟ ਫਾਰਵਰਡ ਹੋਤੇ ਹੈ, ਡਿਸਾਈਡਿਡ ਹੋਤੇ ਹੈ, ਹਾਂ ਇੱਕ ਓਨਲੀ ਚਾਈਲਡ ਬੱਚਾ ਹੈ, 3 ਫੈਮਿਲੀ ਮੈਂਬਰਸ ਹੈ, ਅੱਛਾ ਪ੍ਰੋਫਾਈਲ ਹੈ, ਪਤਾ ਹੀ ਹੈ ਕਿ ਕੇਸ ਓਵਰਆਲ ਸਹੀ ਹੈ, 24 ਆਵਰਸ ਮੇਂ ਵੀਜ਼ਾ ਮਿਲੇਗਾ। ਕੁਝ ਕੇਸਿਸ ਮੇਂ, ਕੁਝ ਪ੍ਰੋਗਰਾਮਸ ਕੇ ਲੀਏ ਔਰ ਕੁਝ ਕਾਲਜ ਕੇ ਲੀਏ ਕੇਸਿਸ ਬਹੁਤ ਜ਼ਿਆਦਾ ਜਾਤੇ ਹੈ, ਉਨਕੇ ਪਾਸ ਕੈਪ ਹੋਤਾ ਹੈ, ਇੱਕ ਨੰਬਰ ਹੋਤਾ ਹੈ ਕਿ ਹਮਨੇ ਇਤਨੇ ਵੀਜ਼ਾਸ ਇਸ਼ੂ ਕਰਨੇ, ਡਿਸਕਸ਼ਨ ਚਲਤੀ ਹੈ, ਡਿਸੀਜਨ ਮੇਕਿੰਗ ਮੇਂ ਟਾਈਮ ਲੱਗ ਜਾਤਾ ਹੈ। ਤੋ ਇਹ ਬਹੁਤ ਸਾਰੀ ਟੈਕਨੀਕਲ ਚੀਜ਼ੇ ਇਸ ਮੇਂ ਜਾਣਨੀ ਬਹੁਤ ਜ਼ਰੂਰੀ ਹੈ, ਇਹ ਡਿਸੀਜਨ ਮੇਕਿੰਗ ਹੈ, ਐਮਬੈਸੀ ਆਫਿਸਰਸ ਬੈਠਤੇ ਹੈ, ਡਿਸੀਜਨ ਮੇਕਿੰਗ ਕਰਨੀ ਹੈ ਕਿ ਹਮਨੇ ਇਸ ਫਾਈਲ ਕੇ ਸਾਥ ਕਿਆ ਕਰਨਾ, ਉਸ ਮੇਂ ਟਾਈਮ ਲੱਗ ਜਾਤਾ ਹੈ। ਔਰ ਤੀਸਰੀ ਚੀਜ਼, ਕਭੀ ਕਭਾਰ ਫਲੋ ਆਫ ਐਪਲੀਕੇਸ਼ਨ ਜ਼ਿਆਦਾ ਜਾਤੀ ਹੈ, ਜੈਸੇ ਕਿ ਇਸ ਬਾਰ ਕੈਨੇਡਾ ਮੇਂ ਹਮਨੇ ਬਹੁਤ ਫਲੋ ਦੇਖਾ, ਇਸ ਬਾਰ ਮੇਰੇ ਹਿਸਾਬ ਸੇ 40% ਇਨਕਰੀਜ਼ ਹੋ ਪਏ ਐਪਲੀਕੇਸ਼ਨਸ, ਪ੍ਰੋਸੈਸਿੰਗ ਟਾਈਮ ਬਟ। ਹੁਣ ਮੈਂ ਉਹੀ 40% ਇਨਕਰੀਜ਼ ਦੇ ਹਿਸਾਬ ਨਾਲ ਵੀ ਦੇਖੀਏ, ਹਿਸਾਬ ਨਾਲ ਸਪਟੰਬਰ ਇਨਟੇਕ ਬਹੁਤ ਜਲਦੀ ਫਿਲ ਹੋਣ ਜਾ ਰਿਹਾ ਹੈ। ਯੈਸ ਸਰ, ਬਿਲਕੁਲ ਸਹੀ ਹੈ, ਕਿਉਂਕਿ ਜਿਤਨੇ ਵੀ ਬੜੇ ਬੜੇ ਕਾਲਜ ਹੈ, ਜੋ GTA ਮੇਂ ਕਾਲਜ ਹੈ ਜਾਂ ਮੈਟਰੋ ਵੈਨਕੂਵਰ ਮੇਂ ਕਾਲਜ ਹੈ, ਐਲਬਰਟਾ ਹੋ ਗਿਆ, ਵਹਾਂ ਪੇ ਜੋ ਅੱਛੇ ਅੱਛੇ ਕਾਲਜ ਹੈ, ਉਨਕੇ ਤੋ ਆਲਮੋਸਟ PG ਪ੍ਰੋਗਰਾਮਸ ਕਲੋਜ਼ ਹੋ ਗਏ, ਔਰ ਹਮੇਂ ਰੋਜ਼ ਇੱਕ ਨੋਟੀਫਿਕੇਸ਼ਨ ਆਤੀ ਹੈ ਕਾਲਜ ਸੇ ਕਿ ਇਹ ਪ੍ਰੋਗਰਾਮ ਬੰਦ ਹੋ ਗਿਆ, ਇਹ ਪ੍ਰੋਗਰਾਮ ਕਲੋਜ਼ ਹੋ ਗਿਆ। ਅਬ 18 ਜੈਨ ਜੋ ਵਿੰਟਰ ਇਨਟੇਕ ਹੋਤਾ ਹੈ ਕੈਨੇਡਾ ਕਾ, ਉਸਕਾ ਵੀ ਐਪਲੀਕੇਸ਼ਨ ਅਬ ਸਟਾਰਟ ਹੋ ਗਿਆ। ਅਸਲ ਤੁਹਾਡਾ ਗਲੋਬਲ ਓਪਰਚੁਨਿਟੀ ਦੇ ਪੈਨ ਆਫਿਸਿਸ ਨੇ, ਇਹਨਾਂ ਦਾ ਆਪਣਾ ਹਰ ਇੱਕ ਮੇਰੇ ਖਿਆਲ ਏਰੀਆ ਦੇ ਨਾਲ ਤੁਸੀਂ ਸੰਬੰਧ ਰੱਖਦੇ ਹੋ, ਕਿਹੜੇ ਏਰੀਆ ਤੋਂ ਜ਼ਿਆਦਾ ਫਾਈਲਿੰਗ ਹੋ ਰਹੀ ਹੈ ਸਪਤੰਬਰ ਇਨਟੇਕ ਲਈ? ਵੈਸੇ ਓਵਰਆਲ ਗਲੋਬਲ ਓਪਰਚੁਨਿਟੀਜ਼ ਓਵਰਆਲ ਸਹੀ ਕਰਤਾ ਹੈ, ਹੈ ਨਾ, ਬਟ ਮੈਂ ਪੰਜਾਬ ਕੀ ਬਾਤ ਕਰੂੰਗਾ ਤੋ ਮੇਰੇ ਹਿਸਾਬ ਸੇ, ਮੈਂ ਚੰਡੀਗੜ੍ਹ ਬੈਠਤਾ ਹੂੰ ਤੋ ਪੰਜਾਬ ਮੈਂ ਤੋ ਫਿਰ ਵੀ ਕਹੀਂ ਨਾ ਕਹੀਂ ਮੇਰੇ ਹਿਸਾਬ ਸੇ ਬਹੁਤ ਹਮ ਯੂ ਨੋ ਫਾਈਲੇ ਬਹੁਤ ਜ਼ਿਆਦਾ ਜਾ ਰਹੀ ਹੈ, ਔਰ ਚੰਗੀ ਪ੍ਰੋਫਾਈਲਸ ਆ ਰਹੀਆਂ ਬੱਚਿਆਂ ਦੇ, ਬਹੁਤ ਅੱਛੀ ਪ੍ਰੋਫਾਈਲਸ ਆ ਰਹੀ ਹੈ। ਹਮਾਰੇ ਪਾਸ ਚੰਡੀਗੜ੍ਹ, ਮੋਹਾਲੀ, ਪਟਿਆਲਾ ਕਾ ਕਰਾਊਡ ਹੈ, ਔਰ ਬੜੇ ਪੋਸ਼ ਪ੍ਰੋਫਾਈਲਸ ਹੈ। ਆਪ ਹਮਨੇ ਟੋਪ 10 ਯੂਨੀਵਰਸਿਟੀਜ਼ ਮੇਂ ਹਮ ਬਹੁਤ ਕਾਮ ਕਰਤੇ ਹੈ, ਯੂਨੀ ਅਲਬਰਟਾ, ਮੈਗਿਲ ਸੇ ਲੇਕਰ ਯੂਨੀਵਰਸਿਟੀ ਟੋਰੰਟੋ, ਔਰ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੁਵੀਨਸ, ਮਿਕਮਾਸਟਰ, ਐਸੀ ਐਸੀ ਯੂਨੀਵਰਸਿਟੀਜ਼ ਕੇ ਸਾਥ ਪ੍ਰੋਸੈਸ ਕਰਤੇ ਹੈ, ਔਰ ਸਾਥ ਮੇਂ ਜੋ ਇਲੀਟ SPP ਕਾਲਜ ਹੈ, ਤੋ ਕਰਾਊਡ ਕੀ ਕੋਈ ਪ੍ਰੋਬਲਮ ਨਹੀਂ ਹੈ, ਅੱਛੇ ਅਭੀ ਸਟੂਡੈਂਟਸ ਸਹੀ, ਉਨਕੋ ਅੱਛੀ ਤਰਬੀਅਤ ਹੈ, ਅੱਛੀ ਗਾਈਡੈਂਸ ਹੈ, ਤੋ ਪ੍ਰੋਫਾਈਲਸ ਅੱਛਾ ਹੈ, ਬਿਲਕੁਲ ਹਮ ਸੈਟਿਸਫਾਈਡ ਹੈ। ਜਿਵੇਂ ਐਗਜ਼ਾਮਸ ਬੱਚਿਆਂ ਦੇ ਕੁਝ ਦੇ ਖਤਮ ਹੋ ਗਏ, ਮੇਰੇ ਖਿਆਲ ਕੁਝ ਲੇਟ ਗਏ ਇਸ ਵਾਰੀ ਐਗਜ਼ਾਮ ਥੋੜ੍ਹੇ ਜਿਹੇ, ਕੰਡੀਸ਼ਨਲ ਸਾਰਿਆਂ ਨੇ ਮੰਗ
ओवरसीज एजुकेशन के लिए जल्दबाजी मत कीजिए, क्योंकि बहुत सारे फैक्टर्स होते हैं। मैं एक इंपॉर्टेंट चीज़ कहना चाहूँगा, वीज़ा एप्लीकेशन टाइमिंग बहुत इंपॉर्टेंट है कनाडा के लिए। अगर आप IRCC के नोटिफिकेशन देखोगे, अगर हम सितंबर इंटेक की बात करेंगे, एज पर IRCC यू नो रेगुलेशन, द वीज़ा एप्लीकेशन डेडलाइन फॉर सितंबर इंटेक इज 1 अगस्त। और वहीं पे IRCC सेज द बेस्ट टाइम टू पुट द वीज़ा एप्लीकेशन इन एम्बेसी इज बिफोर 3 मंथ्स। वीज़ा एप्लीकेशन की बात कर रहा हूँ। तो अगर आप अच्छे से प्रिपेयर हो जाओगे सितंबर के लिए, तो तभी जाके आप कंडीशनल एडमिशन के लिए अप्लाई कर सकते हो। अदरवाइज आप अपना टारगेट Jan 18 रखिए, क्योंकि वीज़ा एप्लीकेशन भी इस टाइम पे जाएगी। फंडिंग वंडिंग सारा कुछ आयल सब कुछ अब अच्छे से करो, जल्दबाजी नहीं होनी चाहिए सर जी। सो इन्हों के पैन इंडिया ऑफिस ने तो ही सदा देकर इन्हों इन्हों का एक्सपीरियंस थोड़े तक शेयर किया जाता, क्योंकि एक्सपीरियंस कंपनी के जो उन्होंने नुमाइंदे उन्होंने एक्सपर्ट साढ़े न जुड़ते हैं, काफ़ी चीज़ा वो डिस्कस होंगे जो आम एक एजेंट जिसे डायरैक्ट आई अपनी है वो थोड़े तक नहीं पहुँचा पाता। ग्लोबल अपॉर्चुनिटी बहुत एक्सपीरियंस कंपनी इन्होंने अब अपना एक्सपीरियंस थोड़े तक शेयर कर रहे हैं। मैं कुछ स्टूडेंट्स नाल भी थोड़ा मिलाना चाहता जेडे इन्हों वालों वीज़ा लैके इस टाइम थोड़े नाल अपनी गल शेयर करना चाहते हैं, अपना एक्सपीरियंस शेयर करना चाहते हैं, ग्लोबल अपॉर्चुनिटी बारे उन्होंने टीम बारे की विचार ने उन्होंने, आओ सुनते हैं। And I got to know about Global Austria through my friend. And so since last September, we have been like applying to colleges, and we had US and New Zealand colleges we finalized, and last University of Auckland, we thought that was the better opportunity, and we got fixed to that college. And then So whenever I come to the global opportunities, I feel like the people who are here are friendly, and mainly the counselors and other people who like help in each and every step. Not only this branch, even the head office people called me and asked for whenever I ask for guidance, they help me out. So as far as I know, like the students who are planning to go abroad, I think global opportunities would be a better place for them to start with. And then I assure you that once you join global opportunities, they'll place you in a better college and your future will be better. मेरा तो मेरे घरदों का ड्रीम सगा कि मैं बाहर जाके फर्दर स्टडी करा। आफ्टर दैट मैं काफ़ी इस खेत्र में मैं काफ़ी एजेंटा नाटक फ्लर्ट किया, जिसे मैं एक गलत एजेंट को फस के आस्ट्रेलिया की रिफ्यूजल लवा ली। बाद मेरे फ्रेंड्स ने मैंने कंसल्ट किया ग्लोबल अपॉर्चुनिटी से अमृतसर जाके विजिट करो, उन्होंने काफ़ी बच्चों ने इतों मेरे फ्रेंड्स ने वीजे लवाए हुए हैं, तो मैं ग्लोबल अपॉर्चुनिटी से अमृतसर विजिट किया। सिमरजीत सर ने मैंने काफ़ी वधिया गाइडेंस दी, प्रॉपर मैंने सारी गाइडेंस दी। आफ्टर दैट मैं न्यूजीलैंड सिलेक्ट किया मेरे लिए, उन्होंने मैंने न्यूजीलैंड सरकारी कॉलेज में एडमिशन लैके दी, जिसका फीस स्ट्रक्चर बड़ा घट सीगा, तो सारा काम मेरी अखों के सामने किया गया, बड़ा लीगल वे ना किया गया। न्यूजीलैंड फाइल एम्बैसी लॉन्च करने के बाद 15 दिन बाद मैं अपना वीजा हासिल कर लिया। वीजा हासिल करके मैं बड़ा खुश हाँ, तो मैं इन्हों का दिलों धनवाद करता हाँ। मैं अपने सारे फ्रेंड्स में यही रिकमेंडेड करता हाँ कि तुम ग्लोबल अपॉर्चुनिटी से अमृतसर आके विजिट करो, इन गाइडलाइनस प्रॉपर बच्चे गाइडलाइन दी जाए, इंटरव्यू प्रैपरेशन इतने कराई जाती है, स्टाफ बड़ा कोऑपरेटिव है सारा। तो थैंक यू। हैलो एवरीवन, मेरा नाम लव कुमार वर्मा वा, तो मेरे 6 बैंड आए हैं कि मैं ग्लोबल अपॉर्चुनिटीज तो बोल रहा वा इस वक्त, तो मेरा वीजा आ चुका वा, देखो तुम सारे। तो मैं कई जगह तो एक्सप्लोर किया, इंटरनेट पर जाकर एक्सप्लोर किया, कई जगह पर गया मैं, कई एजेंट नू मिलिया, बट मैनू यह सब तो वधिया लगे एजेंट ग्लोबल अपॉर्चुनिटीज जो कि ब्रांच मैनेजर ने गे इतों के रविंदर कौर, उन्होंने बहुत वधिया ट्रीट किया मेरे नाल, ते वधिया कंसल्ट किया मेरे नाल, ताकि मैं वीज़ा आ सके मेरा मोस्ट प्रोबेबली, तो मेरे को आ गया वीज़ा। थैंक यू सो मच। सो मैं सारे नू यही सुजैसट करता वा कि प्लीज़ तुसी इत्थे आओ ते कंसल्ट करो अपने वीजे लिए, ते होपफुली तुसी भी जा सकते हो कैनेडा, ते पक्का थोड़ा श्योरली आऊगा वीज़ा, ये बहुत वधिया ट्रीट करते हैं। मैं सारे नू यही कहना वा कि तुसी इत्थे ही आओ ते इत्थे ही फाइल लगवाओ अपने। थैंक यू सो मच। मेरा नाम पवनजोत कौर है, मैं बरनाला की रहने वाली हूँ। आई गॉट माई वीजा जस्ट इन 15 डेज विद द हेल्प ऑफ ग्लोबल अपॉर्चुनिटीज लुधियाना। मैंने मेरे कुछ रिलेटिव फ्रेंड्स ने सजेस्ट किया कि ग्लोबल अपॉर्चुनिटीज लुधियाना बहुत वधिया सर्विसेज देंगे ने,
ਐਂਡ ਮੈਂ ਵਿਜ਼ਿਟ ਕੀਤਾ ਇੱਥੇ ਐਂਡ ਉਹਨਾਂ ਦੇ ਆਲਰੇਡੀ ਵੀਜ਼ਾ ਆ ਚੁੱਕੇ ਹਨ ਦੈਨ ਮੈਨੂੰ ਮੇਰੀ ਕੌਂਸਲਰ ਜੋਸਨਾ ਮੈਮ ਨੇ ਬਹੁਤ ਵਧੀਆ ਗਾਈਡ ਕੀਤਾ ਐਂਡ ਇਨ ਦਾ ਹੋਲ ਪ੍ਰੋਸੈਸ ਮੇਰੀ ਹੈਲਪ ਕੀਤੀ ਅਤੇ ਮੈਂ ਬਹੁਤ ਜ਼ਿਆਦਾ ਥੈਂਕ ਯੂ ਕਰਦੀ ਹਾਂ ਹੋਲ ਟੀਮ ਦਾ ਗਲੋਬਲ ਓਪਰਚੁਨਿਟੀਜ਼ ਲੁਧਿਆਣਾ ਜਿਨ੍ਹਾਂ ਨੇ ਮੈਨੂੰ ਵਧੀਆ ਤਰੀਕੇ ਨਾਲ ਗਾਈਡ ਕੀਤਾ ਐਂਡ ਮੇਰੇ ਵੀਜ਼ਾ ਲੈਣ 'ਚ ਮੇਰੀ ਮਦਦ ਕੀਤੀ ਐਂਡ ਮੈਂ ਸਾਰੇ ਫਰੈਂਡਸ ਐਂਡ ਸਟੂਡੈਂਟਸ ਨੂੰ ਇਹੀ ਸੁਜੈਸਟ ਕਰਨਾ ਚਾਹੁੰਦੀ ਹਾਂ ਕਿ ਇੱਕ ਵਾਰ ਉਹ ਗਲੋਬਲ ਓਪਰਚੁਨਿਟੀਜ਼ ਲੁਧਿਆਣਾ ਜ਼ਰੂਰ ਵਿਜ਼ਿਟ ਕਰਨ ਕਿਉਂਕਿ ਇਹਨਾਂ ਦੀ ਸਰਵਿਸ ਬਹੁਤ ਵਧੀਆ ਹੈ ਐਂਡ ਫੀਸ ਵੀ ਇਹਨਾਂ ਦੀ ਬਹੁਤ ਜ਼ਿਆਦਾ ਘੱਟ ਹੈ ਸੋ ਆਈ ਵੁੱਡ ਲਾਈਕ ਟੂ ਸੇ ਥੈਂਕ ਯੂ ਟੂ ਦਾ ਹੋਲ ਟੀਮ ਆਫ ਗਲੋਬਲ ਓਪਰਚੁਨਿਟੀਜ਼ ਲੁਧਿਆਣਾ ਸੋ ਇਹ ਸੀ ਜੀ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਗਲੋਬਲ ਓਪਰਚੁਨਿਟੀ ਬਾਰੇ ਉਹਨਾਂ ਦੀ ਟੀਮ ਬਾਰੇ ਤੁਹਾਡੇ ਤੱਕ ਸ਼ੇਅਰ ਕੀਤਾ ਤੁਸੀਂ ਵੀ ਇਹਨਾਂ ਵੱਲੋਂ ਕੋਈ ਸਰਵਿਸ ਚਾਹੁੰਦੇ ਹੋ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਕੋਈ ਵੀ ਕੰਟਰੀ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਇਹਨਾਂ ਦੇ ਨੰਬਰਾਂ 'ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਸਮਾਂ ਨਹੀਂ ਉਹ ਕਰ ਰਿਹਾ ਡਿਸਕਸ਼ਨ ਅੱਗੇ ਵਧਾਉਣ ਦੇ ਲਈ ਸੋ ਆਸਿਫ ਜੀ ਰਿਚਾ ਜੀ ਸ਼ੋਅ ਦੇ ਵਿੱਚ ਆਉਣ ਲਈ ਬਹੁਤ ਧੰਨਵਾਦ ਥੈਂਕ ਯੂ ਧੰਨਵਾਦ ਸਾਰੇ ਦਰਸ਼ਕਾਂ ਦਾ ਟੈਕਨੀਕਲ ਟੀਮ ਦਾ ਅੱਜ ਦੇ ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ ਆਪਣੇ ਦੋਸਤਾਂ ਨੂੰ ਦਿਓ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ